केपीडी न्यूज, हक सच और इंसाफ की आवाज। फगवाड़ा पुलिस थाना सिटी के भीतर ड्रग्स का नशा करती एक युवती का वीडियो सोशल मीडिया पर वायरल होने का मामला प्रकाश में आया है। उक्त युवती जो वीडियो में ड्रग्स का नशा कर रही है को कुछ समय पहले पुलिस थाना सिटी की पुलिस टीम ने 3 ग्राम अवैध हेरोइन सहित गिरफ्तार किया था। आरोपी युवती की पहचान संदीप कौर के रूप में बताई जा रही है। आरोपी युवती के खिलाफ पुलिस थाना सिटी में FIR नंबर 6621685 NTPS एक्ट के तहत दर्ज हुई है। इस दौरान सोशल मीडिया पर वायरल हुए उक्त वीडियो का तुरंत कड़ा संज्ञान लेते हुए फगवाड़ा पुलिस के SPPS भंडाल ने बड़ी पहल करते हुए पुलिस थाना सिटी में तैनात सहायक सब इंस्पेक्टर बलबीर सिंह, हेड कांस्टेबल हरदीप सिंह व महिला कांस्टेबल कुलदीप कौर को तुरंत प्रभाव से सस्पेंड कर मामले की सारी रिपोर्ट SSP कपूरथला संदीप शर्मा को आधिकारिक तौर पर भेज दी है। खुशबू पंजाब दी के लिए फगवाड़ा पुलिस थाने दे विच कोई लड़की नशा कर रही की मामला है? ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ ਉਹ ਤਸਦੀਕ ਕਰਨ 'ਤੇ ਪਤਾ ਚੱਲਿਆ ਵੀ FIR ਨੰਬਰ 65 ਥਾਣਾ ਸਿਟੀ ਫਗਵਾੜਾ ਦੇ ਸੰਬੰਧ ਵਿੱਚ ਇੱਥੇ ਇੱਕ ਲੇਡੀ ਸੰਦੀਪ ਕੌਰ ਨਾਂ ਦੀ ਲੇਡੀ ਜਿਹੜੀ ਆ ਉਹ ਕਸਟਡੀ 'ਚ ਸੀ। ਉਹਦੇ 'ਚ ASI ਬਲਬੀਰ ਸਿੰਘ, ਹੌਲਦਾਰ ਹਰਦੀਪ ਸਿੰਘ ਅਤੇ ਕੁਲਦੀਪ ਕੌਰ ਲੇਡੀ ਕਸਟਡੀ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜਿਨ੍ਹਾਂ ਨੇ ਉਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਉਹਨਾਂ ਦੀ ਕਸਟਡੀ ਦੇ ਵਿੱਚ ਉਹਨੂੰ ਸ਼ਾਇਦ ਕੁਛ ਪੀਂਦੀ ਦਿਸ ਰਹੀ ਆ, ਤੋ ਉਹਦੀ ਇੱਕ ਲੜਕੀ ਕਰ ਰਹੇ ਹਾਂ ਵੀ ਉਹ ਹੋਇਆ ਕੀ ਹੈ। ਜਿਨ੍ਹਾਂ ਮੁਲਾਜ਼ਮਾਂ 'ਤੇ ਦੀ ਜ਼ਿੰਮੇਵਾਰੀ ਬਣਦੀ ਸੀ, ਜਿਨ੍ਹਾਂ ਦੀ ਕਸਟਡੀ 'ਚ ਸੀਗੀ, ਉਹਨਾਂ ਨੂੰ ਇਮੀਡੀਏਟ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਉਹ ਨਸ਼ਾ ਕਿੱਥੋਂ ਆਇਆ, ਇਹ ਵੀਡੀਓ ਕਿਹਨੇ ਬਣਾਈ ਜਾਂ ਕਿਹਨੇ ਅੱਗੇ ਵਾਇਰਲ ਕੀਤੀ, ਇਹਦੀ ਜਾਂਚ ਚੱਲ ਰਹੀ ਹੈ। ਇਹਦੀ ਜਾਂਚ ਮੁਕੰਮਲ ਹੋਣ 'ਤੇ ਅਗਲੀ ਜਿਹੜੀ ਵੀ ਮਹਿਕਮੇ ਦੀ ਕਾਰਵਾਈ ਹੋਊਗੀ ਉਹ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ। ਇੱਕ ਥਾਣੇ ਦੇ ਵਿੱਚ ਜਾਂ ਪੁਲਿਸ ਕਸਟਡੀ ਦੇ ਵਿੱਚ ਇੱਕ ਲੇਡੀਜ਼ ਹੈ ਔਰ ਉੱਥੇ ਨਸ਼ਾ ਮਤਲਬ ਜਿਹੜਾ ਪੀ ਰਹੀ ਹੈ, ਨਸ਼ਾ ਕਰ ਰਹੀ ਹੈ, ਕਿਆ ਪੁਲਿਸ ਕੀ ਮਤਲਬ ਪੁਲਿਸ ਨੇ ਕੀ ਕਰ ਚੀਜ਼? ਤਾਂ ਉਹ ਬੰਦੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਇਸੇ ਗੱਲ 'ਚ ਹੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਅੱਗੇ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਵੀ ਥਾਣੇ ਦੇ ਵਿੱਚ ਵੀਡੀਓ ਕਿਹਨੇ ਬਣਾਈ, ਉਹਨੂੰ ਨਸ਼ਾ ਕਿਹਨੇ ਦਿੱਤਾ। ਉਹ ਸਾਰੀ ਜਾਂਚ ਹੋਣ ਤੋਂ ਬਾਅਦ ਸਟ੍ਰਿਕਟ ਐਕਸ਼ਨ ਜਿਹੜਾ ਲਿਆ ਜਾਏਗਾ। ਉਹਦਾ ਮਸਲਾ ਕੀ ਸੀ? ਉਹਦਾ ਮੁਕੰਮਲ ਉਹਦੇ ਖਿਲਾਫ਼ ਉਸ ਤੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਔਰ ਕਿੰਨੀ ਤਰੀਕ ਦਾ ਮੁਕੰਮਲ 30/3/18 ਔਰ NDPS ਦਾ 21/85 ਦਾ ਮੁਕੰਮਲ ਦਰਜ ਕੀਤਾ ਗਿਆ ਸੀ। ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ? ਸਿਟੀ ਫਗਵਾੜਾ 'ਚ ਦਰਜ ਕੀਤਾ। ਹੁਣ ਉਹ ਸਰ ਲੜਕੀ ਕਿੱਥੇ ਹੈ? ਜ਼ਮਾਨ ਤੇ ਬੇਲ ਆਊਟ ਹੈ ਲੜਕੀ, ਬੇਲ ਆਊਟ। ਤੇ ਅਗਰ ਜਿਹੜੇ ਪੁਲਿਸ ਮੁਲਾਜ਼ਮ ਮੌਜੂਦ ਜਿਨ੍ਹਾਂ ਦੇ ਸਾਹਮਣੇ ਜਿਹੜਾ ਰਕਤ ਲਿੱਤਾ ਉਹਨੇ, ਅਗਰ ਉਹ ਦੋਸ਼ੀ ਪਾਏਗੇ ਤਾਂ ਉਹਨਾਂ 'ਤੇ ਕਾਰਵਾਈ, ਅਗਲੀ ਕਾਰਵਾਈ ਕੀ ਹੋਊਗੀ? ਫਿਲਹਾਲ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਅਸੀਂ ਇਮੀਡੀਏਟ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ। ਦੋਸ਼ੀ ਪਾਏਗੇ ਫਿਰ? ਅਗਲੀ ਜਾਂਚ ਚੱਲ ਰਹੀ ਹੈ, ਉਹ ਜਾਂਚ ਮੁਕੰਮਲ ਹੋਣ ਤੋਂ ਬਾਅਦ ਜੋ ਮਹਿਕਮਾ ਨਾਲ ਕਾਨੂੰਨੀ ਕਾਰਵਾਈ ਹੋਏਗੀ ਉਹ ਅਮਲ 'ਚ ਲਿਆਂਦੀ ਜਾਏਗੀ। ਠੀਕ ਠੀਕ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।